बैठो जी बैठो जी बैठो। बागड़ बिल्ला जी, अब मेरा मतलब जागर बिल्ला जी, ये सगी नाल परांदा जरूरी हुंदा? कोई जरूरी नहीं हुंदा। ते फिर हर वेले 1.5 किलो का लोहा नाल को चक्की फिरदे हो? ओ तुसी काका जी दे मुंह नूं छुआरा लाउणा ना के कोई खून वाला फुआरा चलाउणा। राम 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 राम, किहो जिहियां गल्लां करदे हो? ओए डरो ना पंडित जी, ये तां छुआरा लाउण तों बाद खुशी च फैर करन लई रख्या। एहो जे हथियार तां जागर बिल्ले दी नेफे दी जूं है। पता तां उदे लगू जिदे नेफे च चल गया, ना उदे जूं लभणी है ते ना। राम 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 राम, ओ किहो जिहियां गल्लां करदे हो? ओ कर लैंदे हो पंडित जी, खुशी दे मौके ते भंड मरासी एहो जिहियां कलोलां करदे ही हुंदे आ। मैं मरासी नहीं हैगा। ए साडी मरी नैण दा मुंडा जी। हां जे इह नैण दा मुंडा है फिर तां इहदी ड्यूटी बनदी है भाई पता करके दस्से भी ब्याह वाला मुंडा कित्थे कि पहुंचा है। पंडित जी तुसी कर लो पता, जेड़ी दूरबीन नाल धरती दे थल्ले 250 फुट मिठा पानी देख लेने हो, उहदे नाल इह भी देख लो काका जी कित्थे पहुंचे ने। किहो जिहियां गल्लां करदे हो? जा भज इत्थों। चल रहण दे, मैं चला भी जाणा सी जे घर च खुशी दा कारज ना हुंदा। ओ कारज तो याद आ गया, ओ घर च खुशी दा दिन है, ओ जिन्ना चिर काका जी नहीं आउंदे पूनिया साहब मुंह मिठाई करा दिओ। ओए मुंह मिठा तां कदों दा हो जाणा सी जे डब च पस्ताल दी थां ते मिठाई दा डब्बा लैके आउंदे। लो काका जी भी आ गए। देखा जिवे सिखा वाली डब्बी चो हाथी निकलिया हुंदा, पता तरह गड्डी दा अपनी सेहत मुताबक लै लै। पहना जीजा जी जिउंदा रह। ਸਤਿ ਸ਼੍ਰੀ ਅਕਾਲ ਡੈਡੀ। ਸਤਿ ਸ਼੍ਰੀ ਅਕਾਲ, ਕੀ ਹਾਲ ਆ? ਠੀਕ ਹੈ। ਇਹ ਕੌਣ ਨੇ? ਇਹ ਸਰਪ੍ਰਾਈਜ਼, ਮੈਂ ਕਿਹਾ ਨਹੀਂ ਸੀ ਫੋਨ ਤੇ ਸਰਪ੍ਰਾਈਜ਼ ਦੇਣਾ ਤੈਨੂੰ, ਇਹਨੇ ਬਿੱਲਾ ਜੀ। ਜਾਗਰ, ਤੁਸੀਂ ਇੱਕ ਦੂਜੇ ਨੂੰ ਮਿਲੇ ਹੋਏ ਹੋ? ਕੱਲੇ ਮਿਲੇ ਨਹੀਂ, ਕੋਲੇ ਵੀ ਆ। ਰਾਮ 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 ਰਾਮ, ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਲਓ ਇਹ ਤਾਂ ਪਹਿਲਾਂ ਹੀ ਕੋਲੇ ਮਿਲੇ ਨੇ। ਵੈਸੇ ਇਹ ਰਾਜਵੀਰ ਦੇ ਮਾਮਾ ਜੀ ਨੇ ਕੁੱਕੂ ਜੀ, ਇਹ ਹੈ ਮੇਰਾ ਬੇਟਾ ਰਾਜਵੀਰ ਤੇ ਇਹ ਨੇ। ਸਤਿ ਸ਼੍ਰੀ ਅਕਾਲ ਜੀ। ਇਹ ਗੁੱਡੀ ਕੌਣ? ਹੋਰ ਜੀਜਾ ਜੀ, ਅੱਜ ਕੱਲ੍ਹ ਤੁਹਾਡਾ ਬੀਪੀ ਠੀਕ ਰਹਿੰਦਾ? ਅਜੇ ਤੱਕ ਤਾਂ ਠੀਕ ਹੈ। ਰਾਜਵੀਰ ਮੈਂ ਕੁਛ ਪੁੱਛ ਰਿਹਾ, ਇਹ ਕੁੜੀ ਕੌਣ? ਇਹ ਤੁਹਾਡੇ ਲਈ ਸਰਪ੍ਰਾਈਜ਼ ਹੈ ਡੈਡੀ। ਜਿਹੜਾ ਸਰਪ੍ਰਾਈਜ਼ ਤੇਰੇ ਜੰਮਣ ਤੇ ਮੈਨੂੰ ਮਿਲਿਆ ਸੀ ਉਹਨੇ ਮੇਰੀਆਂ ਹਜੇ ਤੱਕ ਪੂੰਛਾਂ ਚਕਾਈਆਂ ਪਈਆਂ। ਰੱਬ ਦਾ ਵਾਸਤਾ ਮੈਨੂੰ ਕੋਈ ਹੋਰ ਨਵਾਂ ਸਰਪ੍ਰਾਈਜ਼ ਨਾ ਦੇ ਦੀ। ਮਾਮਾ ਜੀ ਦੱਸੋ। ਉਹ ਯਾਰ ਪਹਿਲਾਂ ਪਾਣੀ ਤਾਣੀ ਤਾਂ ਪੀ ਲਈਏ, ਫਿਰ ਬਹਿ ਕੇ ਆਰਾਮ ਨਾਲ ਦੱਸ ਦਾਂਗੇ। ਕਿਉਂ ਖੜਾ ਖੜਾ ਨਹੀਂ ਦੱਸ ਸਕਦਾ? ਜੀਜਾ ਜੀ ਤੁਹਾਨੂੰ ਪਤਾ ਤਾਂ ਹੈ ਮੈਂ ਤਾਂ ਬਾਲਾ ਚਿਰ ਖੜਿਆ ਨਹੀਂ ਜਾਂਦਾ। ਤੇ ਤੋਂ ਖੜਿਆ ਨਹੀਂ ਜਾਂਦਾ ਮੈਨੂੰ, ਤੁਸੀਂ ਕਿਸੇ ਜਖੰਡ ਜੋਗਾ ਛੱਡਣਾ ਨਹੀਂ ਕੀਤਾ ਵੀ ਤੁਸੀਂ ਗੱਲਾਂ ਕਰਦੇ ਹੋ। ਉਹ ਯਾਰ ਤੂੰ ਦੱਸਦਾ ਕਿਉਂ ਨਹੀਂ ਜੀਜਾ ਜੀ ਨੂੰ ਕਿ ਕੁੜੀ ਹੁਣ ਇੱਥੇ ਰਹੂਗੀ? ਇੱਥੇ ਰਹੂਗੀ, ਪਰ ਮੈਂ ਤਾਂ ਬਾਹਰ ਟੂਲੈਟ ਦਾ ਬੋਰਡ ਹੀ ਨਹੀਂ ਲਾਇਆ। ਨਹੀਂ ਡੈਡੀ ਤੁਸੀਂ ਪੀਜੀ ਸਮਝ ਗਏ, ਪੇਇੰਗ ਗੈਸਟ ਨਹੀਂ, ਇਹਨੂੰ ਹੁਣ ਤੁਸੀਂ ਪਰਮਾਨੈਂਟ ਗੈਸਟ ਹੀ ਸਮਝੋ। ਇਹ ਧਰਮਸ਼ਾਲਾ? ਚਲੋ ਛੱਡੋ ਜੀਜਾ ਜੀ, ਇਹੋ ਜਿਹੀਆਂ ਨਿੱਕੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ। ਇਹ ਨਿੱਕੀਆਂ ਗੱਲਾਂ ਨੇ? ਮੈਨੂੰ ਇਹ ਗੱਲਾਂ ਤੇਰੇ ਲੈਵਲ ਦੀਆਂ ਲੱਗਦੀਆਂ ਨੇ। ਕਿਉਂ ਸ਼ਰਮਿੰਦਾ ਕਰਦੇ ਹੋ? ਪਹਿਲਾਂ ਮੈਨੂੰ ਇਹ ਦੱਸੋ ਇਹ ਜਾਗਰ ਇੱਥੇ ਕਾਹਤੇ ਆਇਆ? ਸਕਾਰਪੀਓ, ਮੈਂ ਤੇਰੀ ਗੱਡੀ ਨਹੀਂ ਪੁੱਛੀ, ਮੈਂ ਪੁੱਛਿਆ ਤੂੰ ਇੱਥੇ ਲੈਣ ਕੀ ਆਇਆ। ਮੈਂ ਲੈਣ ਨਹੀਂ, ਲਾਉਣ ਆਇਆ, ਮੂੰਹ ਨੂੰ ਛੁਆਰਾ। ਹਾਂ ਜੀਜਾ ਜੀ, ਤੁਸੀਂ ਤਾਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਦੂਜੀ ਵਾਰ ਘੋੜੀ ਨਹੀਂ ਚੜੋਗੇ। ਉਹ ਮੈਥੋਂ ਘੋੜੀ ਨਹੀਂ ਚੜਿਆ ਜਾਂਦਾ, ਤੂੰ ਮੈਨੂੰ ਘੋੜੀ ਚੜਾਉਣ ਦੀਆਂ ਗੱਲਾਂ ਕਰਦਾ? ਨਾ 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 ਨਾ, ਮੈਨੂੰ ਮੂਰਖ ਨਾ ਬਣਾਓ, ਸਾਰੀ ਦੁਨੀਆ ਨੂੰ ਪਤਾ ਕਿ ਤੁਹਾਨੂੰ ਘੋੜੀ ਚੜਨ ਦਾ ਇੰਨਾ ਭੋਸਾ ਕਿ ਤੁਹਾਨੂੰ ਫੜ ਫੜ ਲਾਉਣਾ ਪੈਂਦਾ। ਰਾਮ 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 ਰਾਮ, ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਉਹ ਕੋਈ ਮੈਨੂੰ ਵੀ ਦੱਸੂਗਾ ਬਾਗੜ ਬਿੱਲਾ ਹੈ ਕੌਣ? ਬਾਗੜ ਨਹੀਂ ਜਾਗਰ ਬਿੱਲਾ, ਉਹ ਜਿਹੜਾ ਵੀ ਬਿੱਲਾ। ਕਾਕਾ ਜੀ ਮੈਂ ਤੁਹਾਨੂੰ ਸੌਖੇ ਸ਼ਬਦਾਂ ਸਮਝਾਉਣਾ ਹੈ, ਮੈਂ ਤੇਰੀ ਮਾਂ ਦੀ ਨੂੰਹ ਦਾ ਪਿਓ ਹੈ। ਓਏ ਤੇਰੀ ਇੰਨੀ ਜੁਰਅਤ, ਤੂੰ ਮੇਰੇ ਸਾਹਮਣੇ ਮੇਰੇ ਭਾਣਜੇ ਨੂੰ ਮਾਂ ਦੀ ਗੱਲ ਕੱਢੀ? ਪਹਿਲਾਂ ਤੇਰੀ ਭੈਣ ਸੀ, ਇਹਦੀ ਮਾਂ ਤਾਂ ਬਾਅਦ ਚ ਬਣੀ ਆ। ਇਹ ਤੁਹਾਡੇ ਪਹਿਲਾਂ ਬਾਅਦ ਦੇ ਚੱਕਰ ਨੇ ਮੈਨੂੰ ਕਮਲਾ ਕਰ ਦੇਣਾ। ਮੈਨੂੰ ਸਾਫ਼ ਸਾਫ਼ ਦੱਸੋ ਇਸ ਬੰਦੇ ਨਾਲ ਤੁਹਾਡਾ ਰਿਸ਼ਤਾ ਹੈ ਕੀ? ਓਏ ਪੂਨੀਆ ਸਾਹਿਬ ਦੇ ਹੋਣ ਵਾਲੇ ਕੁੜਮ ਨੇ। ਕੁੜਮ? ਹਾਂਜੀ ਹਾਂ, ਮੈਂ ਰਾਜਵੀਰ ਦੀ ਹੋਣ ਵਾਲੀ ਵੋਟੀ ਦਾ ਪਿਓ ਹੈ। ਹਰਮਨ, ਤੂੰ ਤਾਂ ਕਹਿੰਦੀ ਸੀ ਤੂੰ ਅਨਾਥ ਆ। ਮਾਮਾ ਜੀ ਮੈਂ ਹਲੇ ਵੀ ਕਹਿ ਰਹੀ ਹਾਂ ਮੈਂ ਅਨਾਥ ਹਾਂ। ਤੂੰ ਅਨਾਥ ਕਹੀ ਜਾਨੀ ਹੈ, ਇਹ ਬੰਦਾ ਤੇਰਾ ਪਿਓ ਬਣਿਆ ਖੜਾ? ਨਹੀਂ 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 ਨਹੀਂ, ਮੈਂ ਇਸ ਕੁੜੀ ਦਾ ਪਿਓ ਨਹੀਂ, ਮੈਂ ਆਪਣੀ ਪਰਸਨਲ ਧੀ ਲੂਸੀ ਦਾ ਪਿਓ ਹਾਂ, ਜਿਹਦਾ ਰਿਸ਼ਤਾ ਮੈਂ ਅੱਜ ਰਾਜਵੀਰ ਲਈ ਲੈ ਕੇ ਆਇਆ। ਡੈਡੀ ਮੈਨੂੰ ਨਹੀਂ ਪਤਾ ਬਿੱਲਾ ਕੌਣ ਆ, ਮੈਨੂੰ ਨਹੀਂ ਪਤਾ ਲੂਸੀ ਕੌਣ ਆ, ਮੈਨੂੰ ਬਸ ਇੰਨਾ ਪਤਾ ਵੀ ਮੈਂ ਹਰਮਨ ਨੂੰ ਪਿਆਰ ਕਰਦਾ ਤੇ ਮੈਂ ਵਿਆਹ ਵੀ ਇਹਦੇ ਨਾਲ ਹੀ ਕਰਾਉਣਾ। ਨਾਲੇ ਮੈਂ ਤੁਹਾਡੀ ਆ ਸਬਜ਼ੀ ਮੰਡੀ 'ਚੋਂ ਕੋਈ ਸਹੁਰਾ ਲੈਣ ਨਹੀਂ ਆਇਆ, ਹਰਮਨ ਨੂੰ ਨਾਲ ਲੈ ਕੇ ਤੁਹਾਡਾ ਆਸ਼ੀਰਵਾਦ ਲੈਣ ਆਇਆ ਸੀ। ਤੈਨੂੰ ਆਸ਼ੀਰਵਾਦ ਪੂਨੀਆ ਸਾਹਿਬ ਨਹੀਂ, ਅੱਜ ਜਾਗਰ ਬਿੱਲਾ ਦੇਊਗਾ। ਤੇ ਪੂਨੀਆ,
जेड़ी तू मेरी घरे बुला के बेइज्जती कीती है ना, नहीं 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 इस घर च हुण शगन नहीं, कीरने पैणगे कीरने। ओए माई टीमे चला दे क्या गोली तू, प्लीज प्लीज बिल्ला जी प्लीज, गोली ना चलाओ, गोली ना चलाओ, मेरी गल सुन लो, दुकान चो निकली गल ते पिस्तौल चो निकली गोली वापस नहीं मुड़दी हुंदी, प्लीज ना चलाओ, तैनू वापसी दी पई है, गोली दाले निकली नहीं, चलाओ तो दिंदे नहीं। पंडित जी तुसी बिल्ला जी लैके घर चलो, मैं इत्थे मसला समझाउण दी कोशिश करदा, बिल्ला जी प्लीज तुसी चलो, मैं थोड़े कोल घर आऊंगा। तू हट परा, छड बिल्ला जी, चलो बिल्ला जी मैं समझाउणा ना तुहानू, तुसी चलो 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 चलो। कुड़िया तू पहला नहीं तारवां बंदा होएगा जे मेरी कुड़ी दा रिश्ता मोड़ेगा, तां सोच के फैसला दई, मैं पहले बहुत अक्या होया। बिल्ले जी तुसी घर चलो, मैं समझाउणा तुहानू, चलो छड्डे मैनू, बिल्ले जी छड्डे मैनू, बिल्ले जी इन्नी गर्मी चंगी नहीं हुंदी, चलो।